ਫਾਜ਼ਿਲਕਾ ਦੀ ਮੰਡੀ ਲਾਦੂਕਾ ਦੇ ਵਿੱਚ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਦਾ ਕੰਮ ਤੇਜ਼ ਪਰ ਲਿਫਟਿੰਗ ਥੋੜੀ ਸਲੋ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਨੇ ਕੀਤੀ ਲਿਫਟਿੰਗ ਤੇਜ਼ ਕਰਨ ਦੀ ਮੰਗ। ਫਾਜ਼ਿਲਕਾ ਦੇ ਮੰਡੀ ਲਾਦੂਕਾ ਦੇ ਵਿੱਚ ਕਣਕ ਦੀ ਖਰੀਦ ਦਾ ਕੰਮ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਲੇਕਿਨ ਲਿਫਟਿੰਗ ਥੋੜੀ ਸਲੋ ਚੱਲ ਰਹੀ ਹੈ। ਜਿਸ ਤੋਂ ਬਾਅਦ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਲਿਫਟਿੰਗ ਦਾ ਕੰਮ ਤੇਜ਼ੀ ਦੇ ਨਾਲ ਕੀਤਾ ਜਾਵੇ। ਉਹਨਾਂ ਨੇ ਦੱਸਿਆ ਕਿ ਮੰਡੀ ਲਾਦੂਕਾ ਦੇ ਵਿੱਚ ਦੋ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਸਰਕਾਰੀ ਖਰੀਦ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਕਣਕ ਦੀ ਖਰੀਦ ਦਾ ਕੰਮ ਤਾਂ ਤੇਜ਼ ਚੱਲ ਰਿਹਾ ਲੇਕਿਨ ਲਿਫਟਿੰਗ ਥੋੜੀ ਸਲੋ ਹੈ। ਉਹਨਾਂ ਨੇ ਸਰਕਾਰ ਤੋਂ ਲਿਫਟਿੰਗ ਤੇਜ਼ ਕਰਨ ਦੀ ਮੰਗ ਕੀਤੀ ਹੈ। ਸਾਡੇ ਮੰਡੀ ਲਾਦੂਕਾ ਵਿੱਚ ਦੋ ਏਜੰਸੀਆਂ ਅਲਾਟਮੈਂਟ ਹੋਈ ਹੈ ਜੋ ਕਿ ਪੰਜਾਬ ਏਜੰਸੀਆਂ ਨੇ, ਇੱਕ ਪਨਗ੍ਰਹਿ ਅਤੇ ਇੱਕ ਪਨਸਾ। ਸਾਡੇ ਅੱਜ ਲਗਭਗ ਅੱਜ ਤੱਕ 2 ਲੱਖ ਗੱਟੇ ਦੀ ਪਰਚੇਜ਼ ਪੂਰੀ ਹੋ ਚੁੱਕੀ ਹੈ ਪਰ ਜਿਹੜੀ ਲਿਫਟਿੰਗ ਹੈ, ਲਿਫਟਿੰਗ ਸਾਡੀ ਬਹੁਤ ਹੀ ਜ਼ਿਆਦਾ ਸਲੋ ਹੈ ਜੋ ਕਿ ਅੱਜ ਤੱਕ ਸਿਰਫ 2,000 ਤੋਂ 2,500 ਗੱਟੇ ਸਿਰਫ ਲਿਫਟ ਹੋਇਆ ਹੈ। ਅਸੀਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦੇ ਹਾਂ ਕਿ ਸਾਡੇ ਲਿਫਟਿੰਗ ਨੂੰ ਸੁਚਾਰੂ ਰੂਪ ਨਾਲ ਸਹੀ ਤਰੀਕੇ ਨਾਲ ਚਲਾਇਆ ਜਾਵੇ। ਮੈਂ ਸਾਰੇ ਮੰਡੀ ਦੇ ਆੜ੍ਹਤੀ ਵੀਰ ਅਤੇ ਮਜ਼ਦੂਰ ਵੀਰਾਂ ਨੂੰ ਇੱਕ ਬੇਨਤੀ ਕਰ ਰਿਹਾ ਹਾਂ ਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖਣ, ਮਾਸਕ ਪਹਿਨ ਕੇ ਰੱਖਣ ਅਤੇ ਸੈਨੀਟਾਈਜ਼ਰ ਯੂਜ਼ ਕਰਨ। ਹੱਥ ਮਿਲਾਉਣ ਤੋਂ ਗੁਰੇਜ਼ ਕੀਤਾ ਜਾਵੇ।